ਪਿੰਡ ਤੱਲਣ ਵਿੱਚ ਮੌਜੂਦ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਵਿਖੇ ਅੱਜ 67ਵੇਂ ਸ਼ਹੀਦੀ ਜੋੜ ਮੇਲੇ ਦੇ ਦੂਸਰੇ ਦਿਨ ਸੰਗਤਾਂ ਦੀਆਂ ਭਾਰੀ ਰੌਣਕਾਂ ਲੱਗੀਆਂ। ਜ਼ਿਕਰਯੋਗ ਹੈ ਕਿ ਸਾਰੇ ਸਮਾਗਮ ਗੁਰੂ ਘਰ ਦੇ ਰਿਸੀਵਰ ਕੰਮ ਤਹਿਸੀਲਦਾਰ ਜਲੰਧਰ ਵਨ ਕਰਨਦੀਪ ਸਿੰਘ ਭੁੱਲਰ ਦੀ ਵਿਸ਼ੇਸ਼ ਨਿਗਰਾਨੀ ਹੇਠ ਪਿੰਡ ਤੱਲਣ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਵੱਲੋਂ ਕਰਵਾਏ ਜਾ ਰਹੇ ਹਨ। ਅੱਜ ਜੋੜ ਮੇਲੇ ਦੇ ਦੂਸਰੇ ਦਿਨ ਸ਼ਹੀਦ ਬਾਬਾ ਨਿਹਾਲ ਸਿੰਘ ਚੈਰੀਟੇਬਲ ਹਸਪਤਾਲ ਵੱਲੋਂ ਲਗਾਏ ਫ੍ਰੀ ਮੈਡੀਕਲ ਕੈਂਪ ਦੌਰਾਨ ਮਾਹਰ ਡਾਕਟਰਾਂ ਵੱਲੋਂ 325 ਮਰੀਜ਼ਾਂ ਦਾ ਇਲਾਜ ਕੀਤਾ ਗਿਆ ਅਤੇ ਉਹਨਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਗਈਆਂ। ਜੋੜ ਮੇਲੇ ਦੇ ਸੰਬੰਧ 'ਚ ਅੱਜ ਸ਼ਾਮ 6 ਵਜੇ ਇੱਕ ਮਹਾਨ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਰਾਗੀ ਭਾਈ ਲਖਵਿੰਦਰ ਸਿੰਘ, ਹਜ਼ੂਰੀ ਰਾਗੀ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਰਾਗੀ ਬੀਬੀ ਬਲਵਿੰਦਰ ਕੌਰ ਖਡੂਰ ਸਾਹਿਬ ਵਾਲੇ, ਭਾਈ ਰਣਧੀਰ ਸਿੰਘ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਗੁਰਦੇਵ ਸਿੰਘ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ, ਭਾਈ ਮਨਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਕਰਕੇ ਨਿਹਾਲ ਕੀਤਾ। ਇਸ ਮਹਾਨ ਕੀਰਤਨ ਦਰਬਾਰ ਦੌਰਾਨ ਸਾਬਕਾ MP ਮਹਿੰਦਰ ਸਿੰਘ KP, ਸਾਬਕਾ MLA ਕਮਲਜੀਤ ਸਿੰਘ ਲਾਲੀ ਵਿਸ਼ੇਸ਼ ਤੌਰ 'ਤੇ ਗੁਰੂ ਘਰ ਹਾਜ਼ਰੀ ਭਰਨ ਵਾਸਤੇ ਪੁੱਜੇ, ਜਿਨ੍ਹਾਂ ਦਾ ਗੁਰੂ ਘਰ ਦੀ ਮੈਨੇਜਮੈਂਟ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਅੱਜ ਜੋੜ ਮੇਲੇ ਦੌਰਾਨ ਗੁਰੂ ਘਰ ਪੁੱਜੀਆਂ ਸੰਗਤਾਂ ਲਈ ਗੁਰੂ ਕੇ ਲੰਗਰ 24 ਘੰਟੇ ਚੱਲਦੇ ਰਹੇ। ਗੁਰੂ ਘਰ ਦੇ ਰਿਸੀਵਰ ਕਰਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ 17 ਜੂਨ ਨੂੰ ਜੋੜ ਮੇਲੇ ਦੇ ਸੰਬੰਧ ਵਿੱਚ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ ਅਤੇ ਇਸੇ ਦਿਨ ਪੰਜਾਬ ਦੀਆਂ ਨਾਮਵਾਰ ਕਬੱਡੀ ਕਲੱਬਾਂ ਦੇ ਮੈਚ ਹੋਣਗੇ। ਰਿਸੀਵਰ ਕਰਨਦੀਪ ਸਿੰਘ ਭੁੱਲਰ ਨੇ ਸਮੂਹ ਕਬੱਡੀ ਖੇਡ ਪ੍ਰੇਮੀਆਂ ਦਾ ਇਸ ਖੇਡ ਮੇਲੇ ਦੀ ਰੌਣਕ ਵਧਾਉਣ 'ਤੇ ਵਿਸ਼ੇਸ਼ ਧੰਨਵਾਦ ਕੀਤਾ ਹੈ। ਇਸ ਮੌਕੇ ਪ੍ਰਬੰਧਕੀ ਅਫਸਰ ਮੈਡਮ ਰੀਤੂ ਚੱਡਾ, ਜ਼ਿਲ੍ਹਾ ਕਾਨੂੰਗੋ ਭੁਪਿੰਦਰ ਸਿੰਘ, ਮੈਨੇਜਰ ਹਰਦੇਵ ਸਿੰਘ, ਡਾਕਟਰ PN ਦੱਤਾ, ਪ੍ਰਵੀਨ ਮਧੂ, ਕਰਨੈਲ ਸਿੰਘ, ਸੁਖਦੇਵ ਸਿੰਘ, ਹਰਪ੍ਰੀਤ ਸਿੰਘ, ਨੀਲਮ, ਗੁਰੂ ਘਰ ਦੇ ਮੈਨੇਜਰ ਬਲਜੀਤ ਸਿੰਘ, ਕੈਸ਼ੀਅਰ ਹਰਪ੍ਰੀਤ ਸਿੰਘ, ਮੋਹਿੰਦਰ ਸਿੰਘ ਸਟੋਰਕੀਪਰ, ਹਰਭਜਨ ਸਿੰਘ, ASI ਮਨਦੀਪ ਸ਼ਰਮਾ, ਸਰਪੰਚ ਪਤੀ ਬਲਵਿੰਦਰਜੀਤ, ਬਲਵੀਰ ਭੂਸਲਾ ਅਤੇ ਹੋਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਅਤੇ ਪਿੰਡ ਤੱਲਣ ਦੇ ਪਤਵੰਤੇ ਸੱਜਣ ਹਾਜ਼ਰ ਸਨ। Come on, come on, come on.
जिन्हें
फिर संकट जो ने गर्भ नायो, 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 फिर संकट जो जप लो नहीं पागले नारे उठे, तब लो प्रमते फिरते बहुतायो, तब लो प्रमते फिरते बहुतायो, जप लो नहीं पागले नारे उठे, तब लो प्रमते जपे ओ।
तो आओ हुण आनंद माणिए कीर्तन के चारे अंग किवें उजागर हुंदे आ। आओ एक जकारा छड़िए पहला भाई साहब की आमद ते। बोले सो निहाल, वाहिगुरु जी का खालसा, वाहिगुरु जी की। फिर संकट जो ना गर्भ ना आयो जपियो
ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ, ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ, ਬਸਹਿ ਸੰਤ ਜਿਸ ਹਿਰਦੈ ਦੁੱਖ ਦਰਿਦ੍ਰ ਨਿਵਾਰਨ, ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ ਭਇਓ ਤੇ ਸਮਸਰ ਸੋਈ। ਕਾਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਧਾਰਨ, ਬਸਹਿ ਸੰਤ ਜਿਸ ਹਿਰਦੈ ਦੁੱਖ ਦਰਿਦ੍ਰ ਨਿਵਾਰਨ, ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ ਭਇਓ ਤੇ ਸਮਸਰ ਸੋਈ। ਤਰਨ ਗਗਨ ਨਵ ਖੰਡ ਹੈ, ਤਰਨ ਗਗਨ, ਤਰਨ ਗਗਨ, ਤਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ, ਪਨ ਮਥੁਰਾ ਕਛ ਭੇਦ ਨਹੀਂ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ, ਪਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ ਜਪਿਓ ਜਿਨ ਆਪ ਲਿਖਣ ਹਾਰਾ ਹੋ
ਨਿਖਣਹਾਰਾ ਹੋਆ ਸਭ ਉਮਤ ਆਵਣ ਜਾ ਸਤਿਗੁਰ ਕਾ ਖੇਵੈ ਚੰਦੋਆ ਸਤਿਗੁਰ ਕਾ ਖੇਵੈ ਚੰਦੋਆ ਉਗਵਣ ਤੈ ਆਥਵਣ ਉਗਵਣ ਤੈ ਆਥਵਣ ਚਹੁ ਚੱਕੀ ਕੀਆ ਨਾ ਲੋਆ ਉਗਵਣ ਤੈ ਆਥਵਣ ਚਹੁ ਚੱਕੀ ਕੀਆ ਨਾ ਲੋਆ ਚਹੁ ਚੱਕੀ ਕੀਆ ਨਾ ਲੋਆ ਜਿਨੀ ਗੁਰੂ ਨਾ ਸੇਵਿਆ ਜਿਨੀ ਗੁਰੂ ਨਾ ਸੇ ਮਨ ਮੁੱਖਾਂ ਪਿਆ ਮੁਆ ਮਨ ਮੁੱਖਾਂ ਪਿਆ ਮੁਆ ਦੂਣੀ ਚੌਣੀ ਕਰਮਾ ਦੂਣੀ ਚੌਣੀ ਕਰਾਮਾਤ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਦੂਣੀ ਚੌਣੀ ਕਰਾਮਾਤ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਟੋਆ ਸੱਚੇ ਕਾ ਸੱਚਾ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ ਆਪੀ ਨੇ ਆਪ ਸਾ ਜੀਓਨ ਆਪੇ ਥੰਮ ਖਲੋਆ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਆ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗਵਣ ਹੋ ਤੈ ਆਥਵਣ ਹੋ ਚਹੁ ਚੱਕੀ ਕੀਆਂ ਨਾ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਆ ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਆ ਆਪੇ ਹੋਆ ਪੰਚਾਇਣ ਆਪੇ ਹੋਆ।
ਸੱਚ ਸ਼ਬਦ ਨਿਸਾਰ ਪ੍ਰਭ ਮੇਰਾ ਅੰਤਰ ਜਾਮੀ ਜਾਣ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪੂਰਨ ਪਰਮੇਸ਼ਰ ਕਰ ਕਿਰਪਾ ਪਰਮੇਸ਼ਰ ਨਿਹਚਲ ਸੱਚ ਸ਼ਬਦ ਨਿਸਾਰਣ ਨਿਹਚਲ ਸੱਚ ਸ਼ਬਦ ਨਿਸਾਰਣ ਪ੍ਰਭ ਮੇਰਾ ਅੰਤਰ ਜਾਮੀ ਮੇਰਾ ਅੰਤਰ ਜਾਮੀ ਜਾਣ ਹਰ ਦਿਨ ਆਨ ਨਾ ਕੋਈ ਸਮਰਥ ਹਰ ਦਿਨ ਆਨ ਨਾ ਸਮਰਥ ਤੇਰੀ ਆਸ ਤੇਰਾ ਮਨ ਤਾਣ ਤੇਰੀ ਆਸ ਤੇਰਾ ਮਨ ਤਾਣ ਸਰਬ ਕਟਾਂ ਕੇ ਸਰਬ ਕਟਾਂ ਕੇ ਦਾਤੇ ਸਵਾਮੀ ਦੇਹ ਸੁਪਹਿਰਣ ਖਾਣ ਪ੍ਰਭ ਮੇਰਾ ਅੰਤਰ ਜਾਮੀ ਜਾਣ ਪ੍ਰਭ ਮੇਰਾ ਅੰਤਰ ਜਾਮੀ ਜਾਣ ਕਰ ਕਿਰਪਾ ਪਰਮੇਸ਼ਰ ਕਰ ਕਿਰਪਾ ਪੂਰਨ ਪਰਮੇਸ਼ਰ ਨਿਹਚਲ ਸੱਚ ਸ਼ਬਦ ਨਿਸਾਰਣ ਨਿਹਚਲ ਸੱਚ ਸ਼ਬਦ ਨਿਸਾਰਣ ਪ੍ਰਭ ਮੇਰਾ ਅੰਤਰ ਜਾਮੀ ਜਾਣ ਪ੍ਰਭ ਮੇਰਾ ਅੰਤਰ ਜਾਮੀ ਜਾਣ ਸੁਰਤ ਮਤ ਚਤੁਰਾ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਸੁਰਤ ਮਤ ਚਤੁਰਾਈ ਸੁਰਤ ਮਤ ਚਤੁਰਾਈ ਸੋਭਾ ਰੂਪ ਰੰਗ ਤਨ ਮਾਣ ਰੂਪ ਰੰਗ ਤਨ ਮਾਣ ਸਰਬ ਸੁਖ
ਸੁਰਬ ਸੁਖ ਆਨੰਦ ਨਾ ਜਪ ਰਾਮ ਨਾਮ ਕਲਿਆਣ ਜਪ ਰਾਮ ਨਾਮ ਸੱਚ ਸ਼ਬਦ ਨਿਸਾਨ ਪ੍ਰਭ ਮੇਰਾ ਅੰਤਰ ਜਾਮੀ ਜਾਣ ਪ੍ਰਭ ਮੇਰਾ ਅੰਤਰ ਪ੍ਰਭ ਮੇਰਾ ਅੰਤਰ ਪ੍ਰਭ ਮੇਰਾ ਅੰਤਰ ਜਾਮੀ ਜਾਣ ਆਫਰੀਨ ਹੈ ਭਾਈ ਹਰਜਿੰਦਰ ਸਿੰਘ ਜੀ ਅਤੇ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲਿਆਂ ਦੇ। ਇਹਨਾਂ ਨੇ ਦੁਨੀਆ ਭਰ ਵਿੱਚ ਸੰਗਤਾਂ ਨੂੰ ਵਿਸਮਾਦੀ ਕੀਰਤਨ ਨਾਲ ਜੋੜਿਆ ਹੈ ਔਰ ਇੱਕ ਵਿਲੱਖਣ ਸ਼ੈਲੀ, ਇੱਕ ਮਖਸੂਸ ਸ਼ੈਲੀ ਇਜਾਦ ਕੀਤੀ ਹੈ ਨਵੀਂ। ਇਹ ਵੱਡੀ ਦੇਣ ਹੈ, ਇਟਸ ਏ ਰੇਅਰ ਕੰਟਰੀਬਿਊਸ਼ਨ, ਇੱਕ ਨਵੀਂ ਸ਼ੈਲੀ ਇਜਾਦ ਕਰਕੇ ਜਿਹਦੇ ਨਾਲ ਸੰਗਤ ਵੀ ਨਾਲ ਨਾਲ ਬੋਲ ਕੇ ਅਤੇ ਆਪ ਕੀਰਤਨ ਗਾਵੇ। ਤੋ ਇਸ ਤਰ੍ਹਾਂ ਭਾਈ ਸਾਹਿਬ ਭਾਈ ਮਨਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਬਹੁਤ ਪਿਆਰੇ ਵੀਰ ਇਸ ਵੇਲੇ ਸਟੇਜ 'ਤੇ ਸੁਭਾਇਮਾਨ ਨੇ। ਸਾਹਿਬਾਂ ਦੇ ਪਾਵਨ ਚਰਨਾਂ 'ਚ ਬੈਠੇ ਸਤਸੰਗੀ ਜਨਮ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ 'ਤੇ ਬਹੁਤ ਰਹਿਮਤ ਹੋਈ ਹੈ ਸੱਚੇ ਪਾਤਸ਼ਾਹ ਜੀ ਦੀ, ਜੋ ਤੁਸੀਂ ਬਾਣੀ ਨਾਲ ਜੁੜਨ ਵਾਸਤੇ ਆਪਣੀ ਆਤਮਾ ਨੂੰ ਉਸ ਪਰਮ ਆਤਮਾ ਨਾਲ ਜੋੜਨ ਵਾਸਤੇ ਬੈਠੇ ਹੋ। ਸਤਿਗੁਰਾਂ ਦੀ ਗੋਦ ਮਿਲੀ ਹੈ, ਬੜਾ ਹੀ ਮਿੱਠੜੇ ਅੰਦਾਜ਼ ਵਿੱਚ ਕੀਤਾ ਹੋਇਆ ਕੀਰਤਨ ਆਪ ਜੀ ਸਰਵਣ ਕਰ ਰਹੇ ਸੋ ਇਹਨਾਂ ਪਲਾਂ ਦੀ ਬਹੁਤ ਬਹੁਤ ਤੁਹਾਨੂੰ ਮੁਬਾਰਕ ਹੋਵੇ, ਕਿਉਂਕਿ ਇਹ ਸਵਾਸ, ਇਹ ਪਲ, ਇਹ ਘੜੀਆਂ ਸਫਲ ਹੋ ਰਹੀਆਂ ਨੇ। ਸਾਹਿਬ ਸ਼੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਸ਼ਹੀਦੀ ਦਿਹਾੜਾ ਆਪ ਜੀ ਮਨਾ ਰਹੇ ਹੋ। ਇੰਨਾ ਕੁ ਯਾਦ ਰੱਖਣਾ ਕਿ ਜਿਸ ਬਾਣੀ ਦਾ ਅਸੀਂ ਆਨੰਦ ਲੈ ਰਹੇ ਹਾਂ, ਹਰ ਵੇਲੇ ਸਾਡੇ ਅੰਦਰ ਬਾਣੀ ਪੜ੍ਹ ਕੇ ਸੁੱਖ ਆਉਂਦਾ ਹੈ, ਸ਼ਾਂਤੀ ਆਉਂਦੀ, ਸਹਿਜ ਆਉਂਦੀ, ਔਰ ਅਸੀਂ ਇਸ ਬਾਣੀ ਰਾਹੀਂ ਉਸ ਪਰਮਾਤਮਾ ਨਾਲ ਗੱਲਾਂ ਕਰਦੇ ਹਾਂ। ਇਸ ਬਾਣੀ ਦੀ ਬਹੁਤ ਵੱਡੀ ਕੀਮਤ ਹੈ, ਬਹੁਤ ਵੱਡੀ ਕੀਮਤ ਜਿਹੜੀ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਦਾ ਕੀਤੀ, ਸ਼ਹੀਦੀ ਪਾਈ। ਉਸ ਤੋਂ ਬਾਅਦ ਵੀ ਇਸ ਬਾਣੀ ਦੀ ਖਾਤਰ, ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਮਿਸ਼ਨ ਦੀ ਖਾਤਰ ਸ਼ਹੀਦੀਆਂ ਹੁੰਦੀਆਂ ਆਈਆਂ ਨੇ। ਤੋ ਬਾਣੀ ਵਿੱਚ ਕੁਛ ਤਾਂ ਗੱਲ ਹੈ ਕਿ ਜਿਸ ਦੀ ਖਾਤਰ ਗੁਰੂ ਸਾਹਿਬਾਂ ਨੇ, ਸਾਹਿਬਜ਼ਾਦਿਆਂ ਨੇ, ਗੁਰਸਿੱਖਾਂ ਨੇ ਕੁਰਬਾਨੀ ਕੀਤੀ ਹੈ। ਤੋ ਸਾਡੇ ਵੱਡੇ ਭਾਗ ਨੇ ਉਹ ਬਾਣੀ, ਤੁਰਕੀ ਬਾਣੀ, ਜਿਸ ਨੂੰ ਅਸੀਂ ਸੁਣਨ ਲਈ ਬੈਠੇ ਹਾਂ। ਸਮਾਂ ਥੋੜ੍ਹਾ ਹੈ, ਮੇਰੀ ਕੋਸ਼ਿਸ਼ ਹੋਏਗੀ ਆਪ ਜੀ ਨੂੰ 3-4 ਸ਼ਬਦ ਜ਼ਰੂਰ ਸੁਣਾ ਦਿਆਂ, ਤੁਹਾਡੇ ਕੋਲੋਂ ਸੁਣਾ। ਰਲ ਮਿਲ ਕੇ ਅਸੀਂ ਸਾਹਿਬ ਦੀ ਉਸਤਤ ਕਰਨੀ ਹੈ, ਗੁਰੂ ਸਾਹਿਬ ਜੀ ਦੀ ਉਸਤਤ ਕਰਨੀ ਹੈ। ਓੜਕ ਨੇ ਬਹੀ ਸੇਵਕ ਕੀ ਓੜਕ ਨਿਭਹੀ ਪ੍ਰੀਤ,
ਤੱਕ ਕੀ ਓੜਕ ਨਿਭਹੀ ਪੀ ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇਰਾ ਆਖਿਓ ਜੀ ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇਰਾ ਸੇਵਕ ਕੀ ਓੜਕ ਨਿਭਹੀ ਪੀ ਸੇਵਕ ਕੀ ਓੜਕ ਨਿਭਹੀ ਪੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਵਖਰ ਲੈ ਚਾਲਿਓ ਲਾਤ ਵਖਰ ਲੈ ਚਾਲਿਓ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਓੜਕ ਸੇਵਕ ਕੀ ਓੜਕ ਨਿਭਹੀ ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇਰਾ ਆਖਿਓ ਜੀ ਜੀਵਤ ਸਾਹਿਬ ਸੇਵਿਓ ਆਪਣਾ ਚੱਲ ਤੇਰਾ ਆਖਿਓ ਜੀ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਜੈਸੀ ਆਗਿਆ ਕਿਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ ਸਹਿਜ ਆਨੰਦ ਰੱਖਿਓ ਗ੍ਰਹਿ ਪੀਤਰ ਉੱਠ ਉਹਾਂ ਕੋ ਦੌਰਿਓ ਉੱਠ ਉਹਾਂ ਕੋ ਦੌਰਿਓ ਉੱਠ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਜੋ ਜੋ ਹੁਕਮ ਪਇਓ ਸਾਹਿਬ ਕਾ ਸੋ ਮਾਥੇ ਤੇ ਮਾਨਿਓ
ਸੋ ਮਾਥੇ ਲੈ ਮਾਨਿਓ ਸੋ ਮਾਥੇ ਲੈ ਮਾਨਿਓ ਓੜਕ ਨਿਭਹੀ ਪ੍ਰੀਤ ਸੇਵਕ ਕੀ ਓੜਕ ਨਿਭਹੀ ਪ੍ਰੀਤ ਸੇਵਕ ਕੀ ਸੇਵਾ ਵੀ ਜਿਹੜੀ ਹੈਗੀ ਆ ਬਿਮਾਰਾਂ ਦੀ ਸੇਵਾ ਵਾਸਤੇ ਹੋਸਪਿਟਲ ਬਣਿਆ ਹੈ ਹੋਰ ਬਹੁਤ ਸਾਰੇ ਕੰਮ ਜਿਹੜੇ ਇਸ ਗੁਰਦੁਆਰਾ ਸਾਹਿਬ ਵੱਲੋਂ ਜਿਹੜੇ ਕੀਤੇ ਜਾਂਦੇ ਆ ਤੋ ਇਹ ਸਾਡੇ ਪੰਜਾਬ ਦਾ ਇੱਕ ਬਹੁਤ ਹੀ ਇਤਿਹਾਸਿਕ ਸਥਾਨ ਆ ਜਿੱਥੇ ਲੋਕਾਂ ਦੀ ਬਹੁਤ ਵੱਡੀ ਸ਼ਰਧਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹੈ ਲੋਕ ਬਹੁਤ ਦੂਰੋਂ ਦੂਰੋਂ ਸਾਰੇ ਵਿਦੇਸ਼ਾਂ ਤੋਂ ਇੱਥੇ ਆਣ ਕੇ ਆਪਣੀ ਸ਼ਰਧਾ ਅਨੁਸਾਰ ਨਤਮਸਤਕ ਹੁੰਦੇ ਆ ਅਸੀਂ ਵੀ ਅੱਜ ਮੈਂ ਉਸ ਦਾ ਕਮਲਜੀਤ ਸਿੰਘ ਲਾਲੀ ਅਸੀਂ ਸਾਰੇ ਹਰ ਸਾਲ ਦੀ ਤਰ੍ਹਾਂ ਇੱਥੇ ਆ ਕੇ ਆਪਣੀ ਸ਼ਰਧਾ ਵਿਅਕਤ ਕੀਤੀ ਹੈ ਔਰ ਇੱਥੇ ਅਰਦਾਸ ਕੀਤੀ ਹੈ ਸਰਬੱਤ ਦਾ ਭਲਾ ਹੋਵੇ ਲੋਕ ਸੁੱਖ ਸ਼ਾਂਤੀ ਨਾਲ ਵਸਣ ਔਰ ਲੋਕ ਜਿਹੜੇ ਆਪਣਾ ਪਰਿਵਾਰਕ ਔਰ ਸਮਾਜਿਕ ਜੀਵਨ ਜਿਹੜਾ ਹੈ ਉਹ ਚੰਗੇ ਤਰੀਕੇ ਨਾਲ ਨਿਰਵਾਹ ਕਰ ਸਕਣ ਔਰ ਧਰਮ ਦੇ ਨਾਲ ਆਪਣੀ ਸੇਵਾ ਜਿਹੜੀ ਜਿੱਥੇ ਜਿੱਥੇ ਵੀ ਉਹਨਾਂ ਦਾ ਧਰਮ ਹੈ ਉੱਥੇ ਉਹ ਆਪਣੀ ਸੇਵਾ ਜਿਹੜੀ ਪੂਰੀ ਭਾਵਨਾ ਨਾਲ ਕਰ ਸਕਣ ਇਹੀ ਅੱਜ ਅਸੀਂ ਗੁਰੂ ਮਹਾਰਾਜ ਤੋਂ ਅਰਦਾਸ ਕੀਤੀ ਹੈ ਤੋ ਮੈਂ ਅੱਜ ਦੇ ਮੇਲੇ ਦੇ ਉੱਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਅੱਜ ਬਾਬਾ ਸ਼ਹੀਦਾਂ ਪਿੰਡ ਤੱਲਣ 'ਚ ਜੋ ਹਰ ਸਾਲ ਦੀ ਤਰ੍ਹਾਂ ਮੇਲਾ ਹੁੰਦਾ
ਉੱਥੇ ਤਾਂ ਮੈਂ ਤਾਂ ਸਾਹਿਬ ਮਹਿੰਦਰ ਸਿੰਘ ਕੇ ਪੀ ਜੀ ਟੂਰਨਾਮੈਂਟ ਦੇ ਕਬੱਡੀ ਦੇ 'ਤੇ ਅਸੀਂ ਆਏ। ਇਹ ਜਿਹੜਾ ਸਥਾਨ ਆ ਬਹੁਤ ਛੋਟੇ ਹੁੰਦੇ ਤੋਂ ਅਸੀਂ ਇੱਥੇ ਆਉਂਦੇ ਰਹੇ ਹਾਂ, ਪ੍ਰਸ਼ਾਦੇ ਬਣਾ ਕੇ ਪਿੰਡੋਂ ਲਿਆਈਦੇ ਸੀ। ਹੁਣ ਜਿਉਂ ਜਿਉਂ ਸਮਾਂ ਬਦਲਦਾ ਗਿਆ ਇੱਥੇ ਵੀ ਹੁਣ ਰਸਤ ਪਾ ਕੇ ਚੱਲ ਜਾਂਦੇ ਤਾਂ ਲੰਗਰ ਇੱਕੋ ਸਿਗਾ ਲੱਗਦਾ। ਔਰ ਬੜੀ ਇਸ ਸਥਾਨ ਦੀ ਉਪਮਾ ਇਲਾਕੇ ਦੇ ਵਿੱਚ ਮੈਂ ਗਰਾਊਂਡ 'ਚ ਵੀ ਬੋਲ ਕੇ ਆਇਆ ਵੀ ਸਾਡੇ ਦੁਆਬੇ ਦੇ ਵਿੱਚ ਦੋ ਮੇਲੇ ਲੱਗਦੇ ਆ, ਇੱਕ ਤੱਲਣ ਅਤੇ ਇੱਕ ਸੂਸਾ, ਜਿੱਥੇ ਇੰਨੀ ਜ਼ਿਆਦਾ ਸੰਗਤ ਆਉਂਦੀ ਹੈ ਔਰ ਇੰਨਾ ਚੜ੍ਹਾਵਾ ਕਿ ਪਤਾ ਹੀ ਨਹੀਂ ਲੱਗਦਾ। ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਪੱਕਾ ਕੀਤਾ ਆ, ਇੰਟਰਲੋਕਿੰਗ ਇੱਟਾਂ ਲਾ ਕੇ, ਕਾਲਜ ਆ, ਸਕੂਲ ਆ, ਹਸਪਤਾਲ ਆ, ਇਸੇ ਤਰ੍ਹਾਂ ਸੂਸਾ 'ਚ ਆ। ਬਹੁਤ ਪਰਮਾਤਮਾ ਦੀ ਕਿਰਪਾ, ਔਰ ਮੈਂ ਉੱਥੇ ਵੀ ਬੋਲਿਆ ਔਰ ਮੈਂ ਇੱਥੇ ਵੀ ਹੁਣ ਗੱਲ ਕਰਦਾ। ਇਸ ਗੁਰਦੁਆਰਾ ਸਾਹਿਬ ਦੇ 25-30 ਕਿੱਲੇ ਨਾਂ ਨੇ ਔਰ ਇਹ ਸਾਨੂੰ ਇੱਥੋਂ ਦੀ ਸੰਗਤ ਕੀ ਪ੍ਰਬੰਧਕ ਕਮੇਟੀ ਨਾਲ ਗੱਲ ਕੀਤੀ, ਉਹ ਕਹਿੰਦੇ ਵੀ 5-7 ਕਰੋੜ ਅਸੀਂ ਪਾ ਦੇਵਾਂਗੇ ਅਤੇ ਸਰਕਾਰ ਵੱਲੋਂ ਵੀ 15-20 ਕਰੋੜ ਰੁਪਈਆ ਲੈ ਕੇ ਆਓ ਤਾਂ ਜੋ ਕਿ ਇੱਥੇ ਅਸੀਂ ਰੂਰਲ ਦੇ ਵਿੱਚ ਸਟੇਡੀਅਮ ਬਣਾ ਸਕੀਏ। ਜਿਹੜੇ ਸਾਡੇ ਬੱਚੇ ਡਰੱਗਸ ਵੱਲ ਜਾ ਰਹੇ ਆ ਉੱਧਰੋਂ ਹਟ ਕੇ ਗੇਮਾਂ ਵੱਲ ਲੱਗਣ। ਇਹ ਜਿਹੜਾ ਤੱਲਣ ਦਾ ਸਥਾਨ ਆ, ਇੱਕ ਸਪੋਰਟਸ ਸੈਂਟਰ ਇੱਥੇ ਬਣੇ, ਪੰਜਾਬ ਦੇ ਕੈਂਪ ਲੱਗਣ, ਦੂਰੋਂ ਦੂਰੋਂ ਲੋਕ ਪੰਜਾਬ ਤੋਂ ਇੱਥੇ ਆ ਕੇ ਸਪੋਰਟਸ ਕਰਨ ਤਾਂ ਜੋ ਕਿ ਇਹਦਾ ਹੋਰ ਵੀ ਪੰਜਾਬ ਦੇ ਵਿੱਚ ਨਾਂ ਉੱਚਾ ਹੋ ਸਕੇ। ਔਰ ਅੱਜ ਦੇ ਦਿਨ 'ਤੇ ਮੈਂ ਸਮੂਹ ਸੰਗਤ ਨੂੰ ਵਧਾਈ ਦਿੰਦਾ ਹੋਇਆ ਅਰਦਾਸ ਕਰਦਾ, ਜਿੰਨੀਆਂ ਵੀ ਆਪਣੀਆਂ ਮਨੋਕਾਮਨਾ ਲੈ ਕੇ ਆਏ ਹੋ ਪਰਮਾਤਮਾ ਪੂਰੀਆਂ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦਾ 67ਵਾਂ ਸ਼ਹੀਦੀ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਨਾਲ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤਲਣ ਵਿਖੇ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ਼ਮੂਲੀਅਤ ਕਰ ਰਹੀਆਂ ਹਨ। ਅੱਜ ਮਿਤੀ 15 ਜੂਨ 2018 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ, ਜਿਸ ਉਪਰੰਤ ਸ਼ਾਮ ਨੂੰ ਪੇਂਡੂ ਖੇਡ ਮੇਲਾ, ਜਿਸ ਵਿੱਚ ਵਾਲੀਬਾਲ, ਕਬੱਡੀ, ਅਥਲੈਟਿਕਸ ਆਦਿ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਮਿਤੀ 16 ਜੂਨ ਨੂੰ ਸ਼ਾਮ ਨੂੰ ਕੀਰਤਨ ਦਰਬਾਰ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਵਿਸ਼ਵ ਪ੍ਰਸਿੱਧ ਰਾਗੀ ਆਪਣੇ ਪਾਠ ਅਤੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਮਿਤੀ 17 ਜੂਨ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਸ ਉਪਰੰਤ ਵਿਸ਼ੇਸ਼ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਚੈਰੀਟੇਬਲ ਹੋਸਪਿਟਲ ਵੱਲੋਂ ਵਿਸ਼ੇਸ਼ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਹੈ। ਸ਼ਾਮ ਨੂੰ ਖੇਡ ਮੇਲੇ ਦਾ ਸਮਾਪਨ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨ ਉਪਰੰਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤਾਂ ਦੀ ਸਹੂਲਤ ਲਈ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ।